ਮਾਰਤੀ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਹੀ ਹੁਣ ਨਹੀਂ ਆਉਂਦਾ ਇੱਕ ਵੀ ਫੋਨ ਪੱਕਾ ਹੈ ਜਿਹੜੀ ਬਿੱਲੀ ਨੇ ਮੇਰਾ ਰਸਤਾ ਕੱਟਿਆ ਸੀ ਨਾ ਉਹਦੇ ਕਰਕੇ ਇਦਾਂ ਹੋਇਆ ਜਾਂ ਫਿਰ ਮੈਂ ਘਰੋਂ ਚੱਲਦੇ ਹੋਏ ਜਿਹੜਾ ਪਾਣੀ ਪੀ ਕੇ ਆ ਗਈ ਔਰ ਉਸ ਤੋਂ ਬਾਅਦ ਕੁਝ ਮਿੱਠਾ ਵੀ ਨਹੀਂ ਖਾਧਾ ਮੈਨੂੰ ਲੱਗਦਾ ਹੈ ਉਹਦੇ ਕਰਕੇ ਹੀ ਹੋ ਰਿਹਾ ਓ ਹਾਂ ਆਉਂਦੇ ਹੋਏ ਕਿਸੇ ਨੇ ਆਵਾਜ਼ ਵੀ ਤਾਂ ਮਾਰ ਦਿੱਤੀ ਸੀ ਬਸ ਦੇਖ ਲਓ ਜੀ ਇੰਨਾ ਕੁਛ ਹੋ ਗਿਆ ਅੱਜ ਮੈਨੂੰ ਨਹੀਂ ਲੱਗਦਾ ਪ੍ਰੋਗਰਾਮ 'ਚ ਕੋਈ ਫੋਨ ਆ ਵੇਖੋ ਹੋ ਗਿਆ ਨਾ ਪਹਿਲਾ ਕੰਮ ਤਾਂ ਇੱਥੇ ਵੀ ਮੇਰੇ ਨਾਲ ਤਾਂ ਸਭ ਕੁਝ ਪੁੱਠਾ ਪੁੱਠਾ ਹੀ ਹੋ ਜਾਂਦਾ ਹੈ ਵੀ ਲੋਕ ਕਹਿੰਦੇ ਨੇ ਕਿ ਇਹ ਵਹਿਮ ਭਰਮ ਜਿਹੜੇ ਨੇ ਇੰਨੇ ਸਾਲ ਪੁਰਾਣੇ ਨੇ ਕੋਈ ਇਹਨਾਂ ਨੂੰ ਮੰਨਦਾ ਅਤੇ ਕੋਈ ਨਹੀਂ ਮੰਨਦਾ ਓਹੋ ਹੋ ਹੋ ਤੁਸੀਂ ਸਾਰੇ ਵੀ ਆ ਗਏ ਮੈਂ ਤਾਂ ਆਪਣੇ ਆਪ 'ਚ ਹੀ ਗੁਆਚੀ ਹੋਈ ਸੀ ਬਈ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡੀ ਆਪਣੀ ਗੁਲਾਬੋ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਹੁਣ ਮੈਂ ਤੁਹਾਨੂੰ ਕੀ ਦੱਸਾਂ ਉਹ ਜੀ ਵਹਿਮ ਭਰਮ ਹੈਗੀ ਇੰਨੇ ਜ਼ਿਆਦਾ ਕਿ ਨਿੱਕੀ ਜੇ ਕੋਈ ਗੱਲ ਹੋ ਜੇ ਤਾਂ ਅਸੀਂ ਤਾਂ ਇੰਨੀ ਲੰਬੀ ਉਹਦੀ ਇਸ਼ੂ ਬਣਾ ਕੇ ਪੈ ਜਾਂਦੇ ਕਿ ਹਾਏ ਓਏ ਰੱਬਾ ਇੱਦਾਂ ਹੋਇਆ ਸੀ ਅਤੇ ਇੱਦਾਂ ਕੀਤਾ ਸੀ ਅਤੇ ਆ ਹੋ ਗਿਆ ਹੁਣ ਤੁਸੀਂ ਮੈਨੂੰ 347-252-1232 'ਤੇ ਕਾਲ ਕਰਕੇ ਜ਼ਰਾ ਇਹ ਦੱਸੋ ਕਿ ਇਹ ਜਿਹੜੇ ਇੰਨੇ ਪੁਰਾਣੇ ਪੁਰਾਣੇ ਵਹਿਮ ਨੇ ਭਲਾ ਤੁਸੀਂ ਇਹਨਾਂ ਨੂੰ ਮੰਨਦੇ ਹੋ ਕਿ ਜਿਵੇਂ ਤੁਸੀਂ ਘਰੋਂ ਨਿਕਲਣ ਲੱਗੋ ਅਤੇ ਕੋਈ ਅਚਾਨਕ ਦੀ ਛਿੱਕ ਮਾਰ ਦੇ ਅਤੇ ਬੰਦਾ ਇੱਕ ਵਾਰੀ ਪਿੱਛੋਂ ਦੀ ਮੁੜ ਕੇ ਘੂਰੀ ਵੱਟ ਕੇ ਵੇਖਦਾ ਕਿ ਹਾਏ ਰੱਬਾ ਹੁਣੇ ਛਿੱਕ ਮਾਰਨੀ ਸੀ ਮੈਂ ਘਰੋਂ ਬਾਹਰ ਨਿਕਲਣ ਲੱਗਾ ਸੀ ਅਤੇ ਦੂਜੀ ਗੱਲ ਬਿੱਲੀ ਰਸਤਾ ਕੱਟ ਵੇ ਅਤੇ ਉਸ ਤੋਂ ਬਾਅਦ ਕਈ ਲੋਕ ਕੀ ਕਰਦੇ ਨੇ ਜਾਂ ਤਾਂ ਖੜ੍ਹੇ ਹੋ ਕੇ ਇੰਤਜ਼ਾਰ ਕਰਨਗੇ ਕਿ ਕੋਈ ਹੋਰ ਰਸਤਾ ਕੱਟ ਦੇਵੇ ਨਹੀਂ ਤਾਂ ਫਿਰ ਉੱਥੇ ਵੱਟਾ ਮਾਰਨਗੇ ਕਿ ਹਾਏ ਬਈ ਬਿੱਲੀ ਨੇ ਰਸਤਾ ਕੱਟਿਆ ਕੋਈ ਅਸ਼ੁਭ ਕਾਮਨਾ ਹੋ ਜਾਵੇ ਫਿਰ ਤੀਜੀ ਗੱਲ ਕੀ ਹੁੰਦੀ ਹੈ ਜਿਵੇਂ ਕਿ ਤੁਸੀਂ ਘਰੋਂ ਨਿਕਲਣ ਲੱਗੇ ਅਤੇ ਅਚਾਨਕ ਹੀ ਪਾਣੀ ਪੀ ਲਿਆ ਅਤੇ ਵੱਡੇ ਬਜ਼ੁਰਗ ਤੁਹਾਨੂੰ ਕਹਿਣਗੇ ਬਹਿ ਜਾ ਬੀਬਾ ਬਹਿ ਜਾ ਹੁਣ ਨਾ ਮੂੰਹ ਜੂਠਾ ਕਰਕੇ ਜਾਈ ਯਾਨੀ ਕਿ ਕੁਝ ਮਿੱਠਾ ਖਾ ਕੇ ਜਾਈ ਅਤੇ ਉਸ ਤੋਂ ਬਾਅਦ ਹੀ ਘਰੋਂ ਬਾਹਰ ਨਿਕਲੀ ਚੰਗਾ ਨਹੀਂ ਹੁੰਦਾ ਔਰ ਇਹੋ ਜਿਹੇ ਅਨੇਕਾਂ ਹੀ ਵਹਿਮ ਭਰਮ ਨੇ ਜਿਹਨਾਂ ਵਿੱਚੋਂ ਥੋੜ੍ਹੇ ਜਿਹੇ ਤਾਂ ਮੈਨੂੰ ਪਤਾ ਸੀ ਜੋ ਮੈਂ ਤੁਹਾਨੂੰ ਦੱਸ ਦੇ ਔਰ ਜੇਕਰ ਹੁਣ ਤੁਹਾਨੂੰ ਵੀ ਪਤਾ ਕਿ ਵੀ ਇਹੋ ਜਿਹੇ ਕੁਝ ਵਹਿਮ ਭਰਮ ਹੁੰਦੇ ਨੇ ਜਿੱਦਾਂ ਕਿ ਇੰਡੀਆ ਦੇ ਵਿੱਚ ਤਾਂ ਆਪਾਂ ਦੇਖੀਏ ਤਾਂ ਬੜੇ ਸਾਰੇ ਲੋਕ ਇਹਨਾਂ ਨੂੰ ਫੋਲੋ ਕਰਦੇ ਨੇ ਜਦੋਂ ਵੀ ਕੁਛ ਇਹੋ ਜਿਹਾ ਹੋ ਜਾਏ ਤਾਂ ਜ਼ਰੂਰ ਉਹ ਆਪਣੇ ਆਪ ਨੂੰ ਰੁਕ ਜਾਣਗੇ ਭਾਵੇਂ ਜਾਣ ਦੀ ਕਾਹਲੀ ਪਈ ਹੋਵੇ ਲੇਕਿਨ ਬਿੱਲੀ ਰਸਤਾ ਕੱਟਦੇ ਭਾਵੇਂ 10 ਮਿੰਟ ਕੋਈ ਬੰਦਾ ਨਾ ਆਵੇ ਖੜ੍ਹੇ ਰਹਿਣਗੇ ਕੋਈ ਗੱਲ ਨਹੀਂ ਬਿੱਲੀ ਨੇ ਰਸਤਾ ਕੱਟਿਆ ਪਹਿਲਾਂ ਦੂਜੇ ਬੰਦੇ ਨੂੰ ਕਿਤੇ ਲੰਘਣ ਦਿਉ ਉਸ ਤੋਂ ਬਾਅਦ ਜਾਵਾਂਗੇ ਸੋ ਇਹੋ ਜਿਹੇ ਵਹਿਮ ਭਰਮ ਜਿਹੜੇ ਹੁੰਦੇ ਨੇ ਬੜੇ ਸਾਰੇ ਲੋਕ ਕਰਦੇ ਨੇ ਬੜੇ ਹੀ ਵਹਿਮੀ ਹੁੰਦੇ ਨੇ ਲੇਕਿਨ ਹੁਣ ਆਪਾਂ ਜ਼ਰਾ ਗੱਲ ਕਰਦੇ ਹਾਂ ਆਪਣੇ ਅਗਲੇ ਕਾਲਰ ਯਾਨੀ ਕਿ ਪਹਿਲੇ ਕਾਲਰ ਨਾਲ ਇਹ ਵਹਿਮ ਭਰਮ ਕਰਦੇ ਨੇ ਕਿ ਨਹੀਂ ਕਰਦੇ ਹੈਲੋ 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 ਸਤਿ ਸ਼੍ਰੀ ਅਕਾਲ ਜੀ ਮੈਂ ਤੇ ਠੀਕ ਹਾਂ ਪਿੱਛੋਂ ਜੀ ਪੁਰਾਣੇ ਜ਼ਮਾਨੇ 'ਚ ਕਿੱਥੋਂ ਪਹੁੰਚ ਗਏ ਤੁਸੀਂ ਹੈਲੋ ਹੈਲੋ ਆ ਕੀ ਹੋ ਰਿਹਾ ਕੌਣ ਬੋਲ ਰਿਹਾ ਹੈਲੋ ਹਾਂਜੀ ਪਲੀਜ਼ ਤੁਸੀਂ ਟੀਵੀ ਦੀ ਆਵਾਜ਼ ਬੰਦ ਕਰ ਦਿਓ ਜਾਂ ਜੋ ਪਿੱਛੇ 'ਮਿਊਜ਼ਿਕ ਚੱਲ ਰਿਹਾ ਉਹਨੂੰ ਬੰਦ ਕਰਿਓ ਨਹੀਂ ਤਾਂ ਅਸੀਂ ਹੈਲੋ ਹਾਂਜੀ ਗੁਲਾਬੋ ਜੀ ਅਸੀਂ ਬੱਬੂ ਬੋਲਦੇ ਹਾਂ ਹਾਏ ਬੱਬੂ ਜੀ ਸ਼ਰਾਰਤਾਂ ਕਰਨੀਆਂ ਤੇ ਬੰਦ ਕਰ ਦਿਓ ਮੈਂ ਗੱਲ ਕਰਨ ਨੂੰ ਬਹੁਤ ਚਿਰ ਹੋ ਗਿਆ ਸਦੀਏ ਹਾਏ ਵੇ ਕੀ ਹਾਲ ਚਾਲ ਹੈ ਬੱਬੂ ਜੀ ਹਾਏ ਹਾਏ ਬਹੁਤ ਵਧੀਆ ਵਧੀਆ ਤੁਸੀਂ ਤਾਂ ਬਹੁਤ ਚੇਂਜ ਹੋ ਗਏ ਆ ਇੰਨੇ ਚਿਰ ਜਿੱਦਾਂ ਕਿੱਦਾਂ ਕਿੰਨੀ ਮਤਲਬ ਕਿ ਡਬਲ ਹੋ ਗਈਆਂ ਕਿ ਥੋੜੀ ਜਿਹੀ ਘੱਟ ਹੋ ਗਈਆਂ ਹਾਂ ਥੋੜਾ ਥੋੜਾ ਮੇਰੇ ਵਰਗੇ ਹੀ ਹੋ ਗਿਆ ਲੱਗਦੇ ਅੱਛਾ ਭੈਣ ਤੇ ਪਤਲੀ ਬਹੁਤ ਹੈ ਸਾਡੀ ਬੱਬੂ ਇੰਨੀ ਪਤਲੀ ਸਾਡੀ ਬੱਬੂ ਇੰਨੀ ਪਤਲੀ ਮੈਂ ਕਹਿੰਦੀ ਹਾਂ ਹਾਏ ਹਾਏ ਕਿੰਨੀ ਹੋਈ ਪਤਲੀ ਹੈ ਕੀ ਦੱਸਾਂ ਹੈ ਨਾ ਹੁਣ ਤੇ ਮੈਂ ਤੁਹਾਡੇ ਵਰਗੀ ਹੋ ਗਈ ਮੈਂ ਮੰਨ ਲੈਂਦੀ ਹਾਂ ਅੱਛਾ ਬੱਬੂ ਜੀ ਮੈਨੂੰ ਇੱਕ ਗੱਲ ਦੱਸੋ ਇਹ ਵਹਿਮ ਭਰਮ ਦੇ ਬਾਰੇ ਅੱਜ ਆਪਾਂ ਗੱਲ ਕਰ ਰਹੇ ਹਾਂ ਹਾਂਜੀ ਹਾਂਜੀ ਵਹਿਮ ਭਰਮ ਤੁਹਾਡੇ ਨਾਲ ਵੀ ਹੋ ਗਿਆ ਸੀ ਕੁਛ ਮੈਨੂੰ ਬੜਾ ਲੱਗਿਆ ਸਹੀ ਗੱਲ ਆਉਂਦੀ ਸਾਰੀ ਛਿੱਕ ਅੱਛਾ ਬਿੱਲੀ ਵਿਚਾਰੀ ਰਸਤਾ ਕੱਟ ਗਈ ਵਹਿਮ ਭਰਮ ਕਰਦੇ ਹੋਣਗੇ ਲੋਕ ਹੁਣ ਤੇ ਘਟ ਗਏ ਕਾਫੀ ਹੁਣ ਤੇ ਟਾਈਮ ਵੀ ਐਡਵਾਂਸ ਆ ਪਰ ਕਾਫੀ ਲੋਕ ਹਜੇ ਵੀ ਮੰਨਦੇ ਆ ਨਾ ਖਾਸ ਤੌਰ ਤੇ ਇੰਡੀਆ ਦੇ ਇੱਥੇ ਤਾਂ ਨਹੀਂ ਸ਼ਾਇਦ ਸਾਡੇ ਕੰਟਰੀ ਦੇ ਘੱਟ ਲੱਗਦਾ ਮਨ ਓਕੇ ਤੁਹਾਡੀ ਕੰਟਰੀ ਦੇ ਵਿੱਚ ਘੱਟ ਮੰਨਦੇ ਨੇ ਚਲੋ ਖੈਰ ਥੈਂਕ ਯੂ ਸੋ ਮਚ ਫਾਰ ਕਾਲਿੰਗ ਬੱਬੂ ਜੀ ਅਗਲੇ ਕਾਲਰ ਤੋਂ ਪੁੱਛਦੇ ਆ ਜ਼ਰਾ ਇਹ ਕਿੰਨੇ ਵਹਿਮ ਭਰਮ ਕਰਦੇ ਨੇ ਅੱਜ ਕੱਲ੍ਹ ਕਾਲ ਜ਼ਰਾ ਜ਼ਿਆਦਾ ਆਉਣੀਆਂ ਮੈਨੂੰ ਉਮੀਦ ਹੈ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਜੀ ਕਿੱਥੋਂ ਬੋਲ ਰਹੇ ਹੋ ਸੁਰਿੰਦਰ ਸਿੰਘ ਸ਼ੇਰਪੁਰੀ ਸੁਰਿੰਦਰ ਜੀ ਹਾਏ ਵੇ ਮੈਂ ਤੇ ਤੁਹਾਨੂੰ ਇੰਨਾ ਯਾਦ ਕਰ ਰਹੀ ਸੀ ਨਾ ਪਿਛਲੇ ਪ੍ਰੋਗਰਾਮ ਦੇ ਵਿੱਚ ਮੈਂ ਕਿਹਾ ਅੱਜ ਕੱਲ ਫੋਨ ਬੜਾ ਘੱਟ ਆਉਂਦਾ ਇਹਨਾਂ ਦਾ ਨਹੀਂ ਜੀ ਨਹੀਂ ਤੁਸੀਂ ਪਤਾ ਕੀ ਗੱਲ ਤੁਹਾਡਾ ਸਾਈਨ ਆ ਰਿਹਾ ਵਾ ਗੱਲਾਂ ਵਿਦ ਗੁਲਾਬੋ ਔਰ ਮੁਲਾਕਾਤ ਕੋਈ ਹੋਰ ਕਰੀ ਜਾਂਦਾ ਸਾਈਨ ਮੋਰੇ ਸ਼ੋਅ ਦੇ ਉੱਤੇ ਹਾਏ ਵੇ ਉਹ ਤਕਨੀਕੀ ਵਾਲਿਓ ਹਾਏ ਅੱਜ ਮੇਰੇ ਨਾਲ ਕੀ ਹੋਈ ਚਲੇ ਜਾਂਦਾ ਚਲੋ ਛੱਡੋ ਕੋਈ ਗੱਲ ਨਹੀਂ ਇਹਨਾਂ ਦੀਆਂ ਤਕਨੀਕੀ ਚੀਜ਼ਾਂ ਆਪੇ ਸਾਂਭਣਗੇ ਆਪਾਂ ਜ਼ਰਾ ਗੱਲਾਂ ਕਰਦੇ ਹਾਂ ਤੁਸੀਂ ਮੈਨੂੰ ਵੈਸੇ ਬੜੀ ਵਧੀਆ ਗੱਲ ਦੱਸ ਦਿੱਤੀ ਹੈ ਥੈਂਕ ਯੂ ਸੋ ਮਚ ਜਾਣਕਾਰੀ ਦੇਣ ਲਈ ਔਰ ਤੁਸੀਂ ਮੈਨੂੰ ਹੁਣ ਇਹ ਦੱਸੋ ਕਿ ਇਹ ਵਹਿਮ ਭਰਮਾਂ ਦੀ ਅੱਜ ਆਪਾਂ ਗੱਲ ਕਰ ਰਹੇ ਹਾਂ ਇਹ ਗੱਲ ਤੁਸੀਂ ਸੁਣੀ ਹਾਂਜੀ ਹਾਂਜੀ ਮੈਂ ਸੁਣੀ ਤੁਹਾਡੀ ਗੱਲ ਦੱਸੋ ਫਿਰ ਕੀ ਕਹੋਗੇ ਮੈਂ ਇਹਨਾਂ ਤੇ ਬਿਲਕੁਲ ਬਲੀਵ ਨਹੀਂ ਕਰਦਾ ਜੀ ਨਹੀਂ ਕਰਦੇ ਨਹੀਂ ਬਿਲਕੁਲ ਨਹੀਂ ਕਰਦਾ ਜਦੋਂ ਇੰਡੀਆ 'ਚ ਰਹਿੰਦੇ ਸੀ ਉਦੋਂ ਕਰਦੇ ਸੀ ਨਹੀਂ ਮੈਂ ਉਦੋਂ ਵੀ ਨਹੀਂ ਕਰਦਾ ਸੀ ਅੱਛਾ ਤੇ ਜਿਹੜੇ ਲੋਕੀ ਇਹ ਬਲੀਵ ਕਰਦੇ ਨੇ ਤੁਸੀਂ ਉਹਨਾਂ ਲਈ ਕੀ ਕਹੋਗੇ
ਜੋ ਕੁਛ ਤੁਹਾਡੇ ਕਰਮਾਂ ਚ ਉਹ ਲਿਖਿਆ ਪਹਿਲਾਂ ਹੀ ਹੋਇਆ, ਵਾਹਿਗੁਰੂ ਨੇ ਲਿਖਿਆ ਹੋਇਆ ਆਲਰੇਡੀ, ਜੋ ਹੋਣਾ ਆ ਇਹ ਤਾਂ ਸਿਰਫ ਭਰਮਾਂ ਦੇ ਵਿਚ ਆਪਾਂ ਨੂੰ ਕੁਛ ਲੋਕਾਂ ਨੇ ਪਾਇਆ ਹੈ, ਕੁਛ ਪੈ ਜਾਂਦੇ ਆ ਕੁਛ ਨਹੀਂ ਮੇਰੇ ਵਰਗੇ ਪੈਂਦੇ, ਬਸ ਇਹ ਫਰਕ ਹੈ। ਉਦਾਂ ਤੇ ਵਹਿਮ ਭਰਮ ਅਸੀਂ ਵੀ ਨਹੀਂ ਕਰੀਦੇ, ਪ੍ਰੋਗਰਾਮ ਸ਼ੁਰੂ ਕਰਨ ਲਈ ਗੱਲਾਂ ਦੇ ਲਈ ਵਹਿਮ ਕਰ ਲਿਆ ਸੀ ਮੈਂ। ਚਲੋ ਖੈਰ, ਥੈਂਕ ਯੂ ਸੋ ਮਚ। ਲੱਗਦਾ ਤੁਸੀਂ ਕਰਦੇ ਆ, ਤੁਸੀਂ ਕੁਛ ਨਾ ਕੁਛ ਹੱਥ ਚ ਦੇਖੋ ਮਾਲਾ ਵੀ ਪਾਈ ਹੋਈ ਆ। ਹਾਏ ਆ ਆ ਤੁਹਾਨੂੰ ਪਤਾ ਸਾਰਾ ਕੁਛ ਨਕਲੀ ਆ, ਆ ਤਾਂ ਸ਼ੋਸ਼ਾਬਾਜੀ ਹੈ, ਸ਼ੋਸ਼ਾਬਾਜੀ। ਬਸ ਜੀ ਬਸ, ਕੁਛ ਨਾ ਕੁਛ ਤਾਂ ਹੈਗਾ ਨਾ, ਕੁਛ ਨਾ ਕੁਛ ਤਾਂ ਚਲੋ ਹੈ ਕਿਧਰੇ ਨਾ ਕਿਧਰੇ। ਚਲੋ ਖੈਰ, ਥੈਂਕ ਯੂ ਸੋ ਮਚ ਸੁਰਿੰਦਰ ਜੀ, ਮੇਰੇ ਨਾਲ ਅਗਲੇ ਕਾਲਰ ਜੁੜ ਗਏ। ਓਕੇ ਜੀ, ਥੈਂਕ ਯੂ, ਥੈਂਕ ਯੂ ਸੋ ਮਚ। ਇਸ ਤੋਂ ਬਾਅਦ ਅਗਲੇ ਕਾਲਰ, ਹੈਲੋ 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 ਹੈਲੋ, ਫੋਨ ਕੱਟ ਗਿਆ। ਖੈਰ ਕੋਈ ਗੱਲ ਨਹੀਂ ਜੀ, ਸੁਰਿੰਦਰ ਜੀ ਦੇ ਨਾਲ ਗੱਲ ਹੋਈ, ਬੱਬੂ ਜੀ ਦੇ ਨਾਲ ਗੱਲ ਹੋਈ, ਔਰ ਇਸ ਤੋਂ ਬਾਅਦ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਦਵਿੰਦਰ ਜੀ, ਵਾਰੀ ਵਾਰੀ ਜਾਵਾਂ ਤੇ ਮੁੜ ਕੇ ਨਾ ਆਵਾਂ? ਨਹੀਂ 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 ਨਹੀਂ, ਮੁੜ ਕੇ ਰਾਜ ਰਾਜ ਕੇ ਮੁੜ ਕੇ ਆਵਾਂ। ਕੀ ਹਾਲ ਚਾਲ? ਬਸ ਬਹੁਤ ਵਧੀਆ। ਮੈਂ ਤੁਹਾਨੂੰ ਸੈਟਰਡੇ ਨੂੰ ਮਿਸ ਕੀਤਾ ਸੀ, ਮੈਂ ਘਰ ਨਹੀਂ ਸੀਗੀ, ਤੁਹਾਡਾ ਸ਼ੋਅ ਮੈਂ ਬਾਅਦ ਚ ਦੇਖਿਆ। ਤੁਸੀਂ ਕਹਿ ਰਹੇ ਸੀ ਉਹ ਮੇਰੇ ਪੁਰਾਣੇ ਕਾਲਰ ਤੇ ਕੋਈ ਕਾਲ ਹੀ ਨਹੀਂ ਕਰ ਰਹੇ, ਸਾਰੇ ਨਵੇਂ ਨਵੇਂ ਕਾਲਰ ਕਰ ਰਹੇ ਆ। ਨਵੇਂ ਨਵੇਂ, ਹਾਂਜੀ, ਉਸ ਦਿਨ ਸਾਰੇ ਨਵੇਂ ਸੀਗੇ, ਤੁਸੀਂ ਵੀ ਨਹੀਂ ਸੀ, ਬੱਬੂ ਜੀ ਵੀ ਨਹੀਂ, ਸੁਰਿੰਦਰ ਜੀ ਵੀ ਨਹੀਂ, ਆਲੂ ਵਾਲੀਆ ਸਾਹਿਬ ਨਹੀਂ, ਪਾਲ ਜੀ ਵੀ ਨਹੀਂ ਸੀਗੇ, ਬਲਦੇਵ ਜੀ ਵੀ ਨਹੀਂ, ਹਰਭਜਨ ਜੀ ਵੀ ਨਹੀਂ। ਲਿਸਟ ਵੈਸੇ ਪੁਰਾਣਿਆਂ ਦੀ ਵੀ ਖਾਸੀ ਲੰਬੀ ਹੈ। ਔਰ ਇੱਕ ਉਹ ਮੇਰੇ ਬੜੇ ਪਿਆਰੇ ਜਿਹੇ ਆਉਂਦੇ ਹੁੰਦੇ ਨੇ, ਉਹ ਮੇਰੀਆਂ ਭੈਣੇ। ਅੱਛਾ ਹੁਣ ਤੁਸੀਂ ਦੱਸੋ, ਮੈਂ ਦੋ ਦਿਨ ਵਾਸਤੇ ਬਾਹਰ ਗਈ ਹੋਈ ਸੀਗੀ। ਓ ਅੱਛਾ, ਘੁੰਮੀ ਘੁੰਮੀ ਅੱਜ ਵਾਸਤੇ? ਫਿਰ ਮੈਂ ਰਾਤੀ ਆ ਕੇ ਦੇਖਿਆ ਕਿ ਵਾਹ, ਮੈਂ ਕਿਹਾ ਗੁਲਾਬੋ ਜੀ ਸਾਨੂੰ ਮਿਸ ਕਰ ਰਹੇ ਸੀਗੇ, ਮੈਂ ਕਿਹਾ ਮੈਂ ਵੀ ਪਹਿਲਾਂ ਦੱਸਾਂ ਸੀ ਬਹੁਤ। ਹਾਂਜੀ, ਅੱਛਾ ਵੈਸੇ ਨਾ ਹੁਣ ਇੱਕ ਮੈਨੂੰ ਗੱਲ ਦੱਸੋ ਕਿ ਤੁਸੀਂ ਵਹਿਮਾਂ ਪਰ ਮਜ ਬਲੀਵ ਕਰਦੇ ਹੋ? ਹਾਂਜੀ, ਵਹਿਮਾਂ ਪਰ ਮਜ ਬਲੀਵ ਕਰਦੇ ਹੋ? ਜਿੱਦਾਂ ਕਿਦਾਂ ਬਿੱਲੀ ਰਸਤਾ ਕੱਟ ਜਾਵੇ? ਨਾ ਰੀਅਲੀ ਮੈਂ ਇੰਨਾ ਜ਼ਿਆਦਾ ਨਹੀਂ ਕਰਦੀ, ਕਿਉਂਕਿ ਸੁਣਿਆ ਹੈਗਾ ਜਦੋਂ ਹੁਣ ਅਸੀਂ ਛੋਟੇ ਹੁੰਦੇ ਸੀ ਨਾ, ਮੰਮੀ ਨੇ ਕਹਿਣਾ ਮੰਗਲਵਾਰ ਵੀਰਵਾਰ ਸ਼ਨੀਵਾਰ ਸਿਰ ਨਹੀਂ ਧੋਣਾ, ਇੱਕ ਭਰਾ ਹੋਵੇ ਕਹਿੰਦੇ ਉਹਨਾਂ ਵਾਸਤੇ ਭਾਰੀ ਹੁੰਦਾ ਆ। ਫਿਰ ਕਹਿਣਾ ਕਿ ਜੇ ਜਿੱਦਾਂ ਬਿੱਲੀਆਂ ਰੋਂਦੀਆਂ ਹੋਣ ਨਾ, ਕਹਿਣਾ ਉਹਨਾਂ ਨੂੰ ਮਤਲਬ ਹਟਾ ਦੇਣਾ ਚਾਹੀਦਾ, ਉਹਦੇ ਨਾਲ ਕੋਈ ਬੁਰਾ ਸੁਨੇਹਾ ਮਿਲਦਾ ਹੈ ਘਰ ਦੇ ਰੋਂਦੇ ਹੋਣ ਤੇ ਬਸ ਕੋਈ ਆਈ ਖਬਰ। ਇਹੋ ਜੀਆਂ ਬਹੁਤ ਸਾਰੇ ਵਹਿਮ ਭਰਮ ਨੇ, ਤੌਬਾ ਹੀ ਤੌਬਾ ਹੈ ਨਾ। ਜੇ ਬੋਲਦਾ ਕੋਠੇ ਦੇ ਉੱਤੇ ਕਹਿਣਾ ਕੋਈ ਨਾ ਕੋਈ ਪ੍ਰਾਹੁਣਾ ਆਊਗਾ ਬੰਦਾ ਸਾਰਾ। ਅੱਛਾ, ਮੈਂ ਦੇਖਿਆ ਵੀ ਹੋਇਆ ਵੈਸੇ, ਜਿੱਦਾਂ ਕਾਮ ਬੋਲਦਾ ਨਾ, ਪ੍ਰਾਹੁਣੇ ਜ਼ਰੂਰ ਆਉਂਦੇ ਹੁੰਦੇ ਸੀ ਇੰਡੀਆ। ਇੰਡੀਆ ਆਉਂਦੇ ਹੁੰਦੇ ਸੀ? ਉੱਥੇ ਕੈਨੇਡਾ ਅਮਰੀਕਾ ਦੇ ਵਿੱਚ ਕਾਂ ਬੋਲੇ ਤਾਂ ਨਹੀਂ ਆਉਂਦੇ? ਇੱਥੇ ਨਹੀਂ ਆਉਂਦੇ, ਇੱਥੇ ਕਾਂ ਹੀ ਨਹੀਂ ਆਉਂਦੇ ਇੰਡੀਆ ਆਉਣ ਵਾਸਤੇ, ਉੱਥੇ ਕਾਂ ਹੀ ਨਹੀਂ ਆਉਂਦੇ, ਉੱਥੇ ਪ੍ਰਾਹੁਣੇ ਕਿੱਥੇ ਹੋਣੇ, ਤੇ ਕਾਂ ਹੀ ਨਹੀਂ ਆਉਂਦੇ। ਚਲੋ ਖੈਰ, ਉਹੀ ਤਾਂ ਕਹਿ ਰਹੀ ਹਾਂ, ਇੱਥੇ ਆਉਣ ਵਾਸਤੇ ਪਹਿਲਾਂ ਕਿਸੇ ਨੂੰ ਟਾਈਮ ਪੁੱਛਣਾ ਪੈਂਦਾ, ਜੀ ਤੁਸੀਂ ਵਿਹਲੇ ਹੈਗੇ ਤਾਂ ਤੁਸੀਂ, ਅਸੀਂ ਜਾਈਏ ਆਈਏ, ਨਹੀਂ ਤਾਂ ਕੋਈ ਆਉਂਦਾ ਜਾਂਦਾ ਹੀ ਨਹੀਂ ਓਨੀ ਦੇਰ ਜਿੰਨੀ ਦੇਰ ਬੰਦਾ ਕਹਿ ਸਕਦਾ ਵੀ ਅਸੀਂ ਵਿਹਲੇ ਨਹੀਂ ਹੈਗੇ ਜੀ। ਖੈਰ, ਥੈਂਕ ਯੂ ਸੋ ਮਚ ਦਵਿੰਦਰ ਜੀ, ਇਹਨਾਂ ਨੇ ਬੜੇ ਸਾਰੇ ਵਹਿਮਾਂ ਦੇ ਨਾਲ ਸਾਨੂੰ ਜਾਣੂ ਕਰਵਾਇਆ, ਉਹਦੇ ਵਾਸਤੇ ਬਹੁਤ ਬਹੁਤ ਸ਼ੁਕਰੀਆ। ਇਸ ਤੋਂ ਬਾਅਦ ਅਗਲੇ ਕਾਲਰ ਸਾਡੇ ਨਾਲ, ਹੈਲੋ ਜੀ, ਸਤਿ ਸ਼੍ਰੀ ਅਕਾਲ ਗੁਲਾਬੋ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਚਰਨਜੀਤ ਬੋਲ ਰਿਹਾ ਜੀ, ਕੈਲੀਫੋਰਨੀਆ ਤੋਂ, ਯੂਐਸਏ ਤੋਂ। ਅੱਛਾ ਜੀ, ਬਹੁਤ ਬਹੁਤ ਸਵਾਗਤ ਹੈ ਜੀ ਚਰਨਜੀਤ ਜੀ। ਸ਼ੋਅ 'ਚ ਪਹਿਲੀ ਵਾਰੀ ਕਾਲ ਕੀਤਾ ਸ਼ਾਇਦ ਤੁਸੀਂ? ਹਾਂਜੀ, ਪਹਿਲੀ ਵਾਰੀ ਹਾਂਜੀ ਕਾਲ ਕੀਤੀ ਹੈ, ਤੁਹਾਡਾ ਪ੍ਰੋਗਰਾਮ ਤਾਂ ਕਾਫੀ ਦੇਰ ਤੋਂ ਸੁਣ ਰਹੇ ਜਾਂਦਾ, ਤੁਸੀਂ ਟੀਵੀ ਤੇ ਆਉਂਦੇ ਆ ਜੀ ਜੀ। ਹਾਂਜੀ, ਤੇ ਬਹੁਤ ਵਧੀਆ ਪ੍ਰੋਗਰਾਮ ਲੱਗਦਾ ਤੁਹਾਡਾ, ਬਸ ਏਦਾਂ ਹੀ ਕੰਮ ਚਲਾਈ ਜਾਂਦਾ, ਵਧੀਆ ਵਧੀਆ ਪ੍ਰੋਗਰਾਮ ਦੇਵਾ, ਬਹੁਤ ਖੁਸ਼ੀ ਹੁੰਦੀ ਹੈ ਜੀ ਸੁਣ ਕੇ ਤੁਹਾਡਾ ਪ੍ਰੋਗਰਾਮ। ਥੈਂਕ ਯੂ ਸੋ ਮਚ। ਤੇ ਅੱਜ ਤੁਸੀਂ ਸਾਡਾ ਟੌਪਿਕ ਸੁਣਿਆ ਜੀ? ਹਾਂਜੀ, ਟੌਪਿਕ ਸੁਣਿਆ, ਪਰ ਆਪਣਾ ਇੱਧਰ ਟਾਈਮ ਹੀ ਨਹੀਂ ਇਹੋ ਜਿਹਾ ਕੰਮ ਵਿੱਚ, ਕੰਮ 'ਚ ਬੀਜੀ ਰਹੀਦਾ, 7 ਡੇ ਕੰਮ ਕਰਦੇ ਹਾਂ, ਆਪਣਾ ਬਿਜ਼ਨਸ ਹੈ ਜੀ ਜੀ। ਤੇ ਇਹਨੇ ਵਹਿਮ ਕਰਨ ਦਾ ਟਾਈਮ ਹੈ ਨਹੀਂ ਆਪਣੇ ਕੋਲ, ਹੈ ਨਾ? ਆਪਣੇ ਕੋਲ ਵਹਿਮ ਕਰਨ ਦਾ ਟਾਈਮ ਹੈ ਨਹੀਂਗਾ, ਤਕਰੀਬਨ 28 ਸਾਲ ਤੋਂ ਆਪਾਂ ਬਾਹਰ ਆਏ, ਇੱਧਰ ਯੂਐਸਏ ਵਿੱਚ, ਇੰਡੀਆ ਤੋਂ ਆਏ ਹਾਂ। ਜੀ ਹਾਂਜੀ, ਇਸ ਕਰਕੇ ਓਦਾਂ ਟੀਵੀ ਤੇ ਦੇਖਦੇ ਰਹੀਦਾ ਪ੍ਰੋਗਰਾਮ ਸਾਰੇ, ਤੇ ਓਦਾਂ ਇੰਨਾ ਟਾਈਮ ਹੀ ਹੈ ਨਹੀਂਗਾ, ਜਿੱਦਾਂ ਵਹਿਮ ਭਰਮਾਂ 'ਚ ਪੈਣ ਦਾ, ਕੰਮ ਤੋਂ ਘਰ ਤੋਂ ਕੰਮ ਤੇ। ਓ ਬਿਜ਼ੀ ਲਾਈਫ ਹੈ। ਚਲੋ ਖੈਰ, ਇਹ ਵੀ ਬੜੀ ਵਧੀਆ ਗੱਲ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਰੁੱਝੇ ਹੋਏ ਹੋ ਜਿਨ੍ਹਾਂ ਦੇ ਕਰਕੇ ਇਹਨਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਜਾਂਦਾ, ਨਹੀਂ ਤੇ ਜਿਨ੍ਹਾਂ ਦਾ ਧਿਆਨ ਜਾਣ ਲੱਗ ਜਾਏ ਨਾ, ਬਸ ਫਿਰ ਉਹ ਤੇ ਗਏ ਕੰਮ ਤੋਂ। ਹਾਂਜੀ, ਬਸ ਹੁਣ ਇੰਡੀਆ ਆਏ 2 ਹਫ਼ਤੇ ਬਸ ਆਏ ਜੇ, ਤੁਹਾਡਾ ਫਰਵਰੀ 'ਚ ਆਏ ਜੇ, ਤੇ ਬਸ ਆਪਣੇ ਜਿਹੜੇ ਕੁਛ ਕੰਮ ਕਾਰ ਕਰਨਾ, ਫਿਰ ਰਿੰਡਾਂ ਫਿਰ ਮਿਲਣਾ ਰਿਸ਼ਤੇਦਾਰਾਂ ਨੂੰ ਮਿਲ ਕੇ, ਬਸ ਇੱਧਰ ਨੂੰ ਆ ਗਿਆ, ਕੋਈ ਹੋਰ ਕਿਤੇ ਜ਼ਿਆਦਾ ਟਾਈਮ ਨਹੀਂ ਲੱਗਾ ਜਾਣ ਆਉਣ ਦਾ। ਓ ਅੱਛਾ ਜੀ, ਅੱਛਾ, ਚਲੋ ਖੈਰ ਕੋਈ ਗੱਲ ਨਹੀਂ, ਹੁਣ ਸਾਨੂੰ ਵੀ ਮਿਲ ਕੇ ਜ਼ਰੂਰ ਜਾਇਓ, ਠੀਕ ਹੈ?
ਹਾਂਜੀ ਨੈਕਸਟ ਟਾਈਮ ਆਵਾਂਗੇ ਜਰੂਰ ਮਿਲਾਂਗੇ ਹਾਂਜੀ ਥੈਂਕ ਯੂ ਜੀ ਬਹੁਤ ਬਹੁਤ ਜੀ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਇਸ ਤੋਂ ਬਾਅਦ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗੁਲਾਬੋ ਜੀ ਮੈਂ ਤੁਹਾਡਾ ਬਹੁਤ ਵੱਡਾ ਫੈਨ ਆ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਪਹਿਲਾਂ ਮੈਨੂੰ ਦੱਸੋ ਕਿੰਨੇ ਵੱਡੇ ਹੋ ਉਮਰ ਦੱਸੋਗੇ ਨਹੀਂ ਉਮਰ ਤਾਂ ਮੇਰੀ ਛੋਟੀ ਹੈ ਮੈਂ ਤੁਹਾਨੂੰ ਦੇਖਦਾ ਕਾਫੀ ਦੇਰ ਤੋਂ ਆ ਰਿਹਾ ਮਤਲਬ ਮੈਂ 18 ਸਾਲ ਦਾ ਹੁੰਦਾ ਸੀ ਜਦੋਂ ਤੁਹਾਡੇ ਸ਼ੋਅ ਆਉਂਦੇ ਹੁੰਦੇ ਸੀ ਟੀਵੀ ਤੇ ਸ਼ੇਰਪੁਰੀ ਜਿਨੇ ਤਾਂ ਡਿਕਲੇਅਰ ਕਰਤਾ ਵਹਿਮ ਜਰੂਰ ਕਰਦੀ ਹੋਣੀ ਹੈ ਇਹ ਸਾਰਾ ਕੁਛ ਨਕਲੀ ਹੈ ਪਹਿਲੀ ਗੱਲ ਤੇ ਦੂਜੀ ਗੱਲ ਇਹ ਕਿ ਸੱਚੀ ਗੱਲ ਦੱਸਾਂ ਥੋੜਾ ਥੋੜਾ ਤੇ ਮੈਂ ਕਰਦੀ ਹਾਂ ਥੋੜਾ ਥੋੜਾ ਕਰਦੀ ਹਾਂ ਮੈਂ ਝੂਠ ਨਹੀਂ ਬੋਲਾਂਗੀ ਕਿ ਮੈਂ ਬਿਲਕੁਲ ਹੀ ਨਹੀਂ ਕਰਦੀ ਹਾਂ ਮੈਂ ਥੋੜੇ ਥੋੜੇ ਜਿਹੇ ਵਹਿਮ ਕਰਦੀ ਹਾਂ ਤੇ ਮੈਂ ਨਾ ਕੋਸ਼ਿਸ਼ ਕਰਾਂਗੀ ਅੱਜ ਕਿ ਮੈਨੂੰ ਕੋਈ ਸਿਆਣੀ ਜੀ ਸਿੱਖਿਆ ਮਿਲੇ ਤੇ ਮੈਂ ਇਹ ਸਭ ਨਾ ਕਰਾਂ ਹੈ ਨਾ ਕਿਉਂਕਿ ਝੂਠ ਬੋਲ ਕੇ ਮੈਨੂੰ ਕੁਛ ਨਹੀਂ ਮਿਲਣਾ ਕਿ ਮਤਲਬ ਵਹਿਮਾਂ ਭਰਮਾਂ ਤੇ ਬਿਲਕੁਲ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜੀ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਡੇ ਧਰਮ ਦੇ ਵਿੱਚ ਤੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਵੀ ਗੁਰਬਾਣੀ ਪ੍ਰੇਰਨਾ ਦਿੰਦੀ ਹੈ ਉਸ ਦੇ ਮੁਤਾਬਕ ਤਾਂ ਵਹਿਮ ਭਰਮ ਕੁਛ ਨਹੀਂ ਹੈਗਾ ਜੀ ਬਿਲਕੁਲ ਵੈਸੇ ਗੱਲ ਤੇ ਤੁਹਾਡੀ ਬਿਲਕੁਲ ਸਹੀ ਹੈ ਮੈਨੂੰ ਉਲਟਾ ਨਾ ਘਰੇ ਵੈਸੇ ਬਜ਼ੁਰਗ ਜਿਹੜੇ ਹੁੰਦੇ ਨੇ ਉਹ ਵਹਿਮ ਕਰਦੇ ਜਵਾਨ ਨਹੀਂ ਕਰਦੇ ਘਰੇ ਮੈਂ ਵਹਿਮ ਕਰਦੀ ਹਾਂ ਮੇਰੀ ਮੰਮੀ ਵਹਿਮ ਨਹੀਂ ਕਰਦੇ ਉਹ ਮੈਨੂੰ ਟੋਕਦੇ ਹੁੰਦੇ ਨੇ ਕਿ ਇਹੋ ਜਿਹੇ ਵਹਿਮ ਨਹੀਂ ਕਰੀਦੇ ਹੁੰਦੇ ਹੈਨਾ ਖੈਰ ਥੈਂਕ ਯੂ ਸੋ ਮਚ ਕਿ ਤੁਸੀਂ ਸਾਡੇ ਸ਼ੋਅ ਦੇ ਵਿੱਚ ਫੋਨ ਕੀਤਾ ਔਰ ਨਾਲ ਹੀ ਨਾਲ ਹੁਣ ਤੁਸੀਂ ਸਾਰੇ ਵੀ ਫੋਨ ਕਰਦੇ ਰਹੋ ਇੱਕ ਮਿੰਟ ਹਾਏ ਓਏ ਰੱਬਾ ਛਿੱਕ ਮਾਰਤੀ ਹੁਣ ਪਤਾ ਨਹੀਂ ਕੋਈ ਫੋਨ ਕਰੂਗਾ ਕਿ ਨਹੀਂ ਕਰੂਗਾ ਪਤਾ ਨਹੀਂ ਕਿਹਦੀ ਸ਼ਕਲ ਦੇਖੀ ਸੀ ਇੱਥੇ ਆ ਕੇ ਮੈਂ ਖੈਰ ਕੋਈ ਗੱਲ ਨਹੀਂ ਮੈਂ ਮਿਲਦੀ ਹਾਂ ਜ਼ਰਾ ਤੁਹਾਨੂੰ ਬ੍ਰੇਕ ਤੋਂ ਬਾਅਦ ਕਿੱਥੇ ਮੋਟੀ ਹੋਈ ਹਾਂ ਮੈਂ ਐਵੇਂ ਬੱਬੂ ਜੀ ਨੂੰ ਵਹਿਮ ਜਿਹਾ ਪਿਆ ਹੋਇਆ ਵੈਸੇ ਬੰਦੇ ਨੂੰ ਵਹਿਮ ਨਹੀਂ ਪਾਲਣਾ ਚਾਹੀਦਾ ਕੁੱਤਾ ਭਾਵੇਂ ਪਾਲ ਲਵੇ ਆ ਗਈ ਵਾਪਸ ਮੈਂ ਉਹ ਖੈਰ ਜੀ ਮੈਂ ਤਾਂ ਆਪਣੇ ਆਪ ਨਾਲ ਹੀ ਗੱਲਾਂ ਕਰਨ ਦੇ ਵਿੱਚ ਬਿਜ਼ੀ ਹੋ ਗਈ ਸੀ ਵੈਲਕਮ ਬੈਕ ਟੂ ਗੱਲਾਂ ਵਿਦ ਗੁਲਾਬੋ ਔਰ ਸਾਡੇ ਨਾਲ ਸਾਡੇ ਅਗਲੇ ਕਾਲਰ ਕਿੰਨੇ ਕੁ ਵਹਿਮੀ ਨੇ ਆਪਾਂ ਜਾਣਦੇ ਹਾਂ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਗੁਲਾਬੋ ਕੌਣ ਬੋਲ ਰਿਹਾ ਜੀ ਕਿੱਥੋਂ ਬੋਲ ਰਹੇ ਜੀ ਮਿੱਠੀ ਮਿੱਠੀ ਆਵਾਜ਼ ਵਾਲੀ ਮੈਂ ਬੋਲ ਦੀ ਨਿਊਯਾਰਕ ਤੋਂ ਨਵੀਂ ਆਵਾਜ਼ ਆ ਨਹੀਂ ਆਵਾਜ਼ ਨਵੀਂ ਨਹੀਂ ਆਵਾਜ਼ ਮਿੱਠੀ ਬੜੀ ਹੈ ਔਰ ਬੜੀ ਜਾਣੀ ਪਛਾਣੀ ਜੀ ਲੱਗਦੀ ਹੈ ਅੱਛਾ ਜੀ ਕੀ ਨਾਮ ਹੈ ਤੁਹਾਡਾ ਜਾਨ ਲਵੋਗੇ ਫਸਟ ਟਾਈਮ ਸਾਰੀ ਦਰਸ਼ਨ ਓ ਦਰਸ਼ਨ ਜੀ ਫਸਟ ਟਾਈਮ ਕਾਲ ਕੀਤਾ ਹੈ ਹਾਂਜੀ ਹਾਂਜੀ ਵਾਹ ਜੀ ਵਾਹ ਫਿਰ ਤੇ ਡਬਲ ਟ੍ਰਿਪਲ ਚੌਗਣਾ ਸਵਾਗਤ ਹੈ ਹਾਂਜੀ ਹਾਂਜੀ ਥੈਂਕ ਯੂ ਹੋਰ ਕੀ ਕਰਦੇ ਹੁੰਦੇ ਹੋ ਤੁਸੀਂ ਵੈਸੇ ਕੀ ਕਰਦੇ ਹੋ ਅੱਜ ਦੱਸੋ ਪਹਿਲੀ ਕਾਲਰ ਹੋ ਪਹਿਲੀ ਵਾਰੀ ਕਾਲ ਕੀਤਾ ਹੈ ਹਾਂਜੀ ਕੀ ਕਰਦੇ ਹੋ ਵੈਸੇ ਤੁਹਾਡਾ ਤੁਹਾਡਾ ਪ੍ਰੋਗਰਾਮ ਦੇਖਦੇ ਇੰਜੋਏ ਕਰਦੇ ਗੁਲਾਬੋ ਨਾਲ ਮੇਰੀਆਂ ਜਵੀਆਂ ਸੁਣਦੇ ਹੋ ਹਾਂਜੀ ਨਹੀਂ ਬਹੁਤ ਅੱਛੀਆਂ ਗੱਲਾਂ ਕਰਦੇ ਹੋ ਦਿਲ ਲੱਗਾ ਰਹਿੰਦਾ ਅਮੇਰਿਕਾ ਚ ਦੱਸਾਂ ਜਿਹੜੇ ਬਿੱਲੀ ਤੋਂ ਕਹਿੰਦੇ ਨਾ ਰਾਹ ਤੋਂ ਇੱਥੇ ਤੇ ਉਹਨੂੰ ਗੁੱਡ ਲੱਕ ਸਮਝਦੇ ਹਾਂ ਪਾਲਦੇ ਆਪਣੇ ਬੱਚੇ ਤੋਂ ਵੀ ਜ਼ਿਆਦਾ ਪਿਆਰ ਕਰਦੇ ਆ ਇਸ ਲਈ ਉਹ ਤਾਂ ਤੇ ਵਹਿਮ ਅਸੀਂ ਵੀ ਜਾਈਦਾ ਜਦੋਂ ਬਾਹਰ ਕਾਰ ਦੇ ਅੱਗੇ ਪਤਾ ਨੀ ਕਿੰਨੀ ਵਾਰੀ ਕੱਢ ਜਾਂਦੇ ਰਸਤਾ ਤੇ ਕਈ ਕਰਦੇ ਵਹਿਮ ਚਲੋ ਸਹੀ ਗੱਲ ਹੈ ਵੈਸੇ ਬਹੁਤ ਵਧੀਆ ਪੰਜਾਬੀ ਤੇ ਟੋਟਲੀ ਨਹੀਂ ਕਰਦੇ ਜੀ ਉਹਨੂੰ ਪੰਜਾਬੀ ਤੇ ਨਹੀਂ ਕਰਦੇ ਇੱਥੇ ਤਾਂ ਕਿਸੇ ਦੀ ਸ਼ਕਲ ਨਾ ਵੇਖਣੀ ਹੋਵੇ ਉਹ ਪੜੋਸੀ ਰਸਤਾ ਕੱਟ ਜਵੇ ਤੇ ਬਹਿ ਜਾਣਗੇ ਆ ਮਰ ਜਾਣਾ ਰਾਹ ਕੱਟ ਗਿਆ ਦਸ ਅੱਜ ਲੱਗ ਗਿਆ ਤੇ ਨਾ ਆ ਹੋ ਇਹੋ ਜੀ ਕਹਿੰਦੇ ਆ ਸੂਦ ਕਾਲੇ ਮੂੰਹ ਵਾਲਾ ਇਹ ਕਿੱਥੋਂ ਟੱਕਰ ਗਿਆ ਓਏ ਹੈਨਾ ਐਦਾਂ ਕਹਿੰਦੇ ਆ ਤੇ ਹੁੰਦਾ ਰਹਿੰਦਾ ਜੀ ਤੇ ਖੈਰ ਬਹੁਤ ਬਹੁਤ ਸ਼ੁਕਰੀਆ ਦਰਸ਼ਨ ਜੀ ਤੁਸੀਂ ਸਾਨੂੰ ਕਾਲ ਕੀਤੀ ਸਤਿ ਸ਼੍ਰੀ ਅਕਾਲ ਐਕਚੁਅਲੀ ਤੁਹਾਡੇ ਸਾਰੇ ਵਿੱਚ ਗੱਲ ਕਿਉਂ ਸੁਣਦੇ ਰਹਿੰਦੇ ਜਦੋਂ ਹੋਲਡ ਤੇ ਪੰਦੇ ਨਾ ਹਾਂਜੀ ਸਾਰੀਆਂ ਗੱਲਾਂ ਸੁਣਦੇ ਆ ਜਦੋਂ ਮੈਂ ਕਹਿੰਦੀ ਸੀ ਲੇਡੀ ਦਾ ਫੋਨ ਹੈ ਲੇਡੀ ਫਿੰਗਰ ਦਾ ਫੋਨ ਲੇਡੀ ਦਾ ਵਾ ਇੱਕ ਲੇਡਾ ਵੀ ਇਹ ਫੜੇਗੇ ਦੇਖੋ ਮੈਂ ਤਾਂ ਓਪਨਲੀ ਦੱਸਦਾ ਵੀ ਮੈਂ ਹਾਂ ਮਜ਼ਾਕ ਕਰਦੀ ਰਹਿੰਦੀ ਆ ਖੈਰ ਬਹੁਤ ਬਹੁਤ ਸ਼ੁਕਰੀਆ ਇਸ ਤੋਂ ਬਾਅਦ ਨਾ ਮੇਰੇ ਨਾਲ ਜ਼ਰਾ ਅਗਲੇ ਕਾਲਰ ਨੇ ਮੈਂ ਗੱਲ ਕਰਨਾ ਉਹਨਾਂ ਨਾਲ ਥੈਂਕ ਯੂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਜੀ ਕਿੱਥੋਂ ਬੋਲ ਰਹੇ ਹੋ ਜੀ ਮੈਂ ਬੱਬੂ ਬੋਲ ਰਿਹਾ ਜੀ ਟ੍ਰੈਸੀ ਤੋਂ ਬੋਲ ਰਿਹਾ ਜੀ ਬੱਬੂ ਜੀ ਡਬਲ ਡਬਲ ਸਵਾਗਤ ਕੀ ਹਾਲ ਚਾਲ ਠੀਕ ਹੈ ਜੀ ਆਪਣਾ ਸੁਣਾਓ ਮੈਂ ਤੇ ਦੇਖੋ ਮੈਨੂੰ ਤੇ ਬੱਬੂ ਜੀ ਕਹਿੰਦੇ ਮੋਟੀ ਹੋ ਗਈ ਹੈ ਮੋਟੀ ਹੋ ਗਈ ਹੈ ਮੈਂ ਨਹੀਂ ਮੈਂ ਤਾਂ ਕਿਹਾ ਨਹੀਂ ਉਹ ਬੱਬੂ ਜੀ ਸੀਗੇ ਕਹਿ ਰਹੇ ਸੀਗੇ ਉਹਨਾਂ ਨੂੰ ਵਹਿਮ ਪੈ ਗਿਆ
ਨਹੀਂ ਮੈਂ ਉਹ ਬੱਬੂ ਹੋਰ ਸੀ ਮੈਂ ਬੱਬੂ ਹੋ ਰਿਹਾ ਓਹੋ ਉਹ ਫੀਮੇਲ ਬੱਬੂ ਸੀ ਜਾਂ ਮੇਲ ਬੱਬੂ ਜੀ ਨੇ ਅੱਛਾ ਬੱਬੂ ਜੀ ਮੈਨੂੰ ਇੱਕ ਗੱਲ ਦੱਸੋ ਤੁਸੀਂ ਵਹਿਮ ਭਰਮਾਂ ਚ ਪੈਂਦੇ ਹੋ ਨਹੀਂ ਵਹਿਮਾਂ ਭਰਮਾਂ ਚ ਮੈਂ ਤਾਂ ਨਹੀਂ ਪਿਆ ਕਦੇ ਕਦੇ ਵੀ ਨਹੀਂ ਕਦੇ ਵੀ ਨਹੀਂ ਕਦੇ ਵੀ ਨਹੀਂ ਕਦੇ ਏਦਾਂ ਦਾ ਵਹਿਮ ਕੀਤਾ ਹੀ ਨਹੀਂ ਜਿੱਦਣ ਨੂੰ ਜਾਣਾ ਚੁੱਪ ਕਰਕੇ ਤੁਰ ਜਾਣਾ ਕਿ ਅੱਗੇ ਪਿੱਛਾ ਦੇਖਿਆ ਹੀ ਨਹੀਂ ਕਦੇ ਅੱਛਾ ਜਿੱਦਾਂ ਬਿੱਲੀ ਰਸਤਾ ਕੱਟ ਜਾਵੇ ਕੋਈ ਛਿੱਕ ਮਾਰ ਦੇਵੇ ਕੋਈ ਪਿੱਛੋਂ ਆਵਾਜ਼ ਮਾਰ ਦੇਵੇ ਕੋਈ ਇਹੋ ਜਿਹਾ ਟੱਕਰ ਜਿਹਨੂੰ ਆਪਾਂ ਵੇਖਣਾ ਨਹੀਂ ਹੁੰਦਾ ਨਹੀਂ ਕਰਦੇ ਨਾ ਨਹੀਂ ਏਦਾਂ ਦਾ ਕੋਈ ਨਹੀਂ ਕੋਈ ਪਿੱਛੋਂ ਆਵਾਜ਼ ਮਾਰ ਲਓ ਕੋਈ ਕੰਮ ਹੋ ਤਾਂ ਕੋਈ ਮਾਰਦਾ ਉਦਾਂ ਤਾਂ ਕੋਈ ਮਾਰਦਾ ਨਹੀਂ ਵੈਰੀ ਗੁੱਡ ਵੈਸੇ ਵਧੀਆ ਗੱਲ ਹੈ ਕਿ ਤੁਸੀਂ ਵਹਿਮ ਭਰਮ ਨਹੀਂ ਕਰਦੇ ਔਰ ਕਿਸੇ ਲਈ ਕੁਝ ਕਹਿਣਾ ਚਾਹੋਗੇ ਜਿਹੜੇ ਲੋਕ ਕਰਦੇ ਨੇ ਮੈਂ ਇਹ ਕਹਿਣਾ ਚਾਹੂੰਗਾ ਵੀ ਜਿਹੜੇ ਵਹਿਮ ਭਰਮ ਹੈ ਇਹਨਾਂ ਚੋਂ ਜਿਹੜੇ ਆਪਣੇ ਚੇਲੇ ਭੂਪੇ ਆ ਇਹ ਵਹਿਮਾਂ 'ਚ ਪਾਉਂਦੇ ਆ ਜੇ ਇਹਨਾਂ ਮਗਰ ਆਪਾਂ ਨਾ ਲੱਗੀਏ ਤਾਂ ਆਪੇ ਨਹੀਂ ਵਹਿਮਾਂ 'ਚ ਪੈਣਾ ਚੇਲਿਆਂ ਦੇ ਕੋਲ ਮੈਂ ਤਾਂ ਕਦੇ ਗਈ ਨਹੀਂ ਪਰ ਵਹਿਮਾਂ 'ਚ ਤਾਂ ਮੈਂ ਪੈ ਗਈ ਹਾਏ ਰੱਬਾ ਅੱਜ ਤੋਂ ਵਹਿਮ ਤਿਆਗ ਦੇ ਖੈਰ ਥੈਂਕ ਯੂ ਸੋ ਮੱਚ ਬੱਬੂ ਜੀ ਫੋਰ ਕਾਲਿੰਗ ਨਹੀਂ ਇੱਦਾਂ ਹੈ ਨਾ ਵੀ ਜਿੱਦਾਂ ਚੇਲੇ ਭੂਪੇ ਦੇ ਮਗਰ ਲੱਗ ਕੇ ਬਾਕੀ ਵਾਜੇ ਵੇਲੇ ਬੁੜੀਆਂ ਪਾ ਜਾਂਦੀਆਂ ਨੇ ਜਿੱਦਾਂ ਤੁਹਾਡਾ ਸੂਟ ਪਾਇਆ ਕਹਿਣਾ ਇੱਦਾਂ ਦਾ ਸੂਟ ਨਾ ਪਾਓ ਸੌਖੀ ਬਿੰਦੀ ਨਾ ਲਾਓ ਤੁਹਾਨੂੰ ਭੂਤ ਘੇਰ ਲੈਣਗੇ ਰਾਹ 'ਚ ਹਾਏ ਓਏ ਰੱਬਾ ਕਹਿੰਦੇ ਸੈਂਟ ਲਾ ਲਓ ਤਾਂ ਵੀ ਚਿੰਬੜ ਜਾਂਦੇ ਆ ਮਰ ਜਾਣੇ ਹਾਂ ਇਹ ਬੁੜੀਆਂ ਵਹਿਮਾਂ 'ਚ ਪਾ ਦਿੰਦੀਆਂ ਬੁੜੀਆਂ ਕਹਿਣਾ ਵੀ ਲਾਓ ਨਾ ਇਹ ਤੇ ਤੁਸੀਂ ਤੁਹਾਨੂੰ ਭੂਤ ਰਾਹ 'ਚ ਚਿੰਬੜ ਜਾਣਗੇ ਹਾਏ ਹਾਏ ਸਹੀ ਗੱਲ ਹੈ ਵੈਸੇ ਇਹ ਵੀ ਬੜਾ ਵੱਡਾ ਵਹਿਮ ਹੈ ਖੈਰ ਥੈਂਕ ਯੂ ਸੋ ਮੱਚ ਜੀ ਤੁਸੀਂ ਸਾਨੂੰ ਇੱਕ ਨਵੇਂ ਵਹਿਮ ਦੇ ਨਾਲ ਜਾਣੂ ਕਰਾਇਆ ਮਤਲਬ ਪੁਰਾਣਾ ਸੀ ਸਾਨੂੰ ਇੰਟਰੋਡਿਊਸ ਕਰਾਇਆ ਕਿ ਹਾਂ ਇਹ ਵੀ ਹੁੰਦਾ ਹੈ ਥੈਂਕ ਯੂ ਸੋ ਮੱਚ ਇਸ ਤੋਂ ਬਾਅਦ ਸਾਡੇ ਨਾਲ ਅਗਲੇ ਕਾਲਰ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪ੍ਰੀਤੋ ਜੀ ਹਾਏ ਵੇ ਹੁਣ ਤੇ ਮੈਂ ਗੁਲਾਬੋ ਬਣ ਚੁੱਕੀ ਹਾਂ ਕੌਣ ਬੋਲ ਰਿਹਾ ਜੀ ਕਿੱਥੋਂ ਬੋਲ ਰਹੇ ਹੋ ਮੈਂ ਤਾਂ ਤੁਹਾਨੂੰ ਮੈਂ ਨਿਊ ਜਰਸੀ ਤੋਂ ਬੋਲ ਰਿਹਾ ਜੀ ਮੇਰਾ ਨਾਮ ਇੰਦਰਜੀਤ ਹੈ ਇੰਦਰਜੀਤ ਜੀ ਬਹੁਤ ਬਹੁਤ ਸਵਾਗਤ ਹੈ ਤੇ ਚਲੋ ਕੋਈ ਗੱਲ ਨਹੀਂ ਪ੍ਰੀਤੋ ਕਹਿ ਲਓ ਗੁਲਾਬੋ ਕਹਿ ਲਓ ਦੋਹੇ ਮੇਰੇ ਨਾਮ ਨੇ ਠੀਕ ਹੈ ਜੀ ਆਪਾਂ ਤਾਂ ਤੁਹਾਨੂੰ ਪ੍ਰੀਤੋ ਤੋਂ ਜਾਣਦੇ ਆ ਉਦੋਂ ਤੋਂ ਤੁਹਾਨੂੰ ਦੇਖਦੇ ਆਏ ਆ ਥੈਂਕ ਯੂ ਸੋ ਮੱਚ ਜੀ ਠੀਕ ਲੱਗਦੀ ਆ ਤੁਹਾਨੂੰ ਮੈਂ ਠੀਕ ਠਾਕ ਜੀ ਹੈਗੀ ਆ ਹਾਂਜੀ ਤੁਸੀਂ ਹਮੇਸ਼ਾ ਸੋਹਣੇ ਲੱਗਦੇ ਹੋ ਹਾਏ ਮੈਨੂੰ ਨਾ ਇੱਕ ਮਿੰਟ ਚੁੰਨੀ ਲਿਆ ਕੇ ਦਿਓ ਮੈਨੂੰ ਸੰਗ ਆਉਂਦੀ ਪਈ ਹੈ ਮੈਂ ਜਰਾ ਚਿਹਰਾ ਢੱਕ ਲਾਂ ਜੀ ਅੱਛਾ ਤੁਸੀਂ ਸ਼ੋਅ 'ਚ ਪਹਿਲੀ ਵਾਰੀ ਕਾਲ ਕੀਤਾ ਹਾਂਜੀ ਮੈਂ ਪਹਿਲੀ ਵਾਰੀ ਕਾਲ ਕੀਤਾ ਅੱਜ ਮੈਂ ਕਿਹਾ ਪ੍ਰੀਤੋ ਜੀ ਨੂੰ ਕਾਲ ਕਰਕੇ ਦੇਖ ਲੈਂਦੇ ਹਾਂ ਮੈਨੂੰ ਨਾਮ ਤੇ ਦੱਸ ਦਿਓ ਜੀ ਮੇਰਾ ਨਾਮ ਇੰਦਰਜੀਤ ਹੈ ਤੁਹਾਨੂੰ ਪਹਿਲਾਂ ਦੱਸਿਆ ਪਤਾ ਕੀ ਆ ਉਹ ਐਕਚੁਅਲੀ ਨਾ ਅੱਜ ਵਹਿਮਾਂ 'ਚ ਪਈ ਹੋਈ ਹੈ ਨਾ ਦਿਮਾਗ ਜਰਾ ਘੱਟ ਚੱਲ ਰਿਹਾ ਅੱਛਾ ਦੱਸੋ ਤੁਸੀਂ ਵਹਿਮ ਭਰਮ ਕਰਦੇ ਹੋ ਹਾਂ ਮੈਂ ਵਹਿਮ ਭਰਮ ਕੁਝ ਕੁਝ ਬਿਲੀਵ ਕਰਦਾ ਆ ਥੈਂਕ ਯੂ ਸ਼ੇਕ ਹੈਂਡ ਹੱਥ ਮਿਲਾਓ ਆਪਾਂ ਵੀ ਥੋੜੀ ਥੋੜੀ ਕਰ ਲਈਦੀ ਜਿੱਦਾਂ ਕਿਦਾਂ ਆਪਾਂ ਵੀ ਬਾਲੇ ਜ਼ਿਆਦਾ ਨਹੀਂ ਕਰਦੇ ਪਰ ਥੋੜੇ ਕਰਦੇ ਆ ਕਿਹੜਾ ਵਹਿਮ ਕਰਦੇ ਹੋ ਤੁਸੀਂ ਨਹੀਂ ਮੇਰੇ ਮਾਤਾ ਜੀ ਕਹਿੰਦੇ ਆ ਕਿ ਜਿਵੇਂ ਦੁੱਧ ਪੀ ਕੇ ਬਾਹਰ ਨਹੀਂ ਜਾਣਾ ਜਦੋਂ ਦੁੱਧ ਪੀ ਕੇ ਬਾਹਰ ਜਾਈਦਾ ਆ ਤੇ ਫਿਰ ਭੂਤ ਚਿੰਬੜ ਜਾਂਦੇ ਆ ਮੈਂ ਚਿੰਬੜ ਗਈ ਹੁਣ ਰੱਖੋ ਤੁਹਾਨੂੰ ਸਹੀ ਗੱਲ ਹੈ ਵੈਸੇ ਹਨਾ ਪੁਰਾਣੇ ਮੈਂ ਪਤਾ ਨਹੀਂ ਹੁੰਦੇ ਨੇ ਕਿ ਨਹੀਂ ਹੁੰਦੇ ਅਸੀਂ ਇਹ ਸੁਣਦੇ ਆ ਸਿਰਫ ਸੁਣਦੇ ਆਏ ਪਰ ਮੈਂ ਤੁਹਾਡੇ ਨਾਲ ਆਪਣਾ ਇੱਕ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ ਆ ਹਾਂਜੀ ਕਿ ਚਲੋ ਜ਼ਿਆਦਾ ਤੇ ਮੈਂ ਕਦੀ ਮੈਨੂੰ ਪਤਾ ਨਹੀਂ ਹੈ ਕਿ ਵਹਿਮ ਭਰਮ ਹੁੰਦੇ ਜਾਂ ਨਹੀਂ ਹੁੰਦੇ ਜੀ ਪਰ ਇੱਕ ਦੋ ਵਾਰ ਮੈਂ ਕਦੀ ਨੋਟ ਕੀਤਾ ਆ ਜਿਵੇਂ ਮੇਰਾ ਨਾ ਰਾਸਤਾ ਬਿੱਲੀ ਨੇ ਕੱਟਿਆ ਹੈ ਨਾ ਤੇ ਕਦੀ ਤੇ ਮੇਰੀ ਗੱਡੀ ਦੇ ਵਿੱਚੋਂ ਮਤਲਬ ਕੋਈ ਪ੍ਰੋਬਲਮ ਆ ਗਈ ਹੈ ਤੇ ਜਾਂ ਫਿਰ ਕਿਤੇ ਪਿੱਛੇ ਕੋਈ ਘਰ ਦੇ ਵਿੱਚ ਸਮੱਸਿਆ ਹੋ ਗਈ ਆ ਤੇ ਮੈਨੂੰ ਵਾਪਸ ਮੁੜ ਕੇ ਆਉਣਾ ਪੈਂਦਾ ਆ ਜਾਂ ਫਿਰ ਮੇਰੀ ਕੋਈ ਗੱਡੀ ਪ੍ਰੋਬਲਮ ਪੈ ਜਾਂਦੀ ਮੈਂ ਆਪਦੇ ਫਰੈਂਡ ਨੂੰ ਕਾਲ ਕਰਦਾ ਆ ਉਹ ਫਿਰ ਉੱਥੇ ਆਉਂਦਾ ਆ ਬਸ ਦੋ ਤਿੰਨ ਵਾਰੀ ਮੈਂ ਇਦਾਂ ਨੋਟ ਕੀਤਾ ਇਹ ਮੇਰਾ ਐਕਸਪੀਰੀਅੰਸ ਆ ਬਿੱਲੀ ਇੱਕੋ ਹੀ ਸੀਗੀ ਕਿ ਬਿੱਲੀਆਂ ਲੈਦਾ ਲੈਦਾ ਸੀਗੀਆਂ ਨਹੀਂ ਬਿੱਲੀ ਤਾਂ ਇੱਕ ਹੀ ਸੀਗੀ ਬਸ ਫਿਰ ਉਹ ਬਿੱਲੀ ਨੂੰ ਫੜ ਕੇ ਘਰੇ ਰੱਖ ਲਓ ਉਸ ਤੋਂ ਬਾਅਦ ਕੁਝ ਨਹੀਂ ਹੋਊਗਾ ਜੀ ਸਹੀ ਗੱਲ ਹੈ ਐਕਚੁਅਲੀ ਗੱਲ ਇਹ ਹੈ ਨਾ ਜੀ ਪ੍ਰੀਤੋ ਜੀ ਇੱਥੇ ਨਿਊ ਜਰਸੀ ਦੀਆਂ ਬਿੱਲੀਆਂ ਆਪਾਂ ਫੜ ਨਹੀਂ ਨਾ ਸਕਦੇ ਸਹੀ ਗੱਲ ਹੈ ਵੈਸੇ ਜੇ ਬਿੱਲੀਆਂ ਫੜ ਲੀਆਂ ਤੇ ਮਾਮਿਆਂ ਨੇ ਸਾਨੂੰ ਫੜ ਲੈਣਾ ਹੈ ਨਾ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ ਇਸ ਤੋਂ ਬਾਅਦ ਮੇਰੇ ਨਾਲ ਅਗਲੇ ਕਾਲਰ ਜੁੜ ਚੁੱਕੇ ਨੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਜਰੂਰ ਜਰੂਰ ਜਦੋਂ ਮਰਜ਼ੀ ਮੈਨੂੰ ਆਉਂਦਾ ਹੀ ਨਹੀਂ ਹੈ ਇਧਰ ਡਿੰਗ ਟੁੰਗ ਟੁੰਗ ਡਿੰਗ ਥੋੜਾ ਥੋੜਾ ਜਿਹਾ ਚਲੋ ਨਹੀਂ ਆ ਰਿਹਾ ਤਾਂ ਵਹਿਮ ਭਰਮ ਕਰਦੇ ਹੋ ਨਹੀਂ ਵਹਿਮ ਭਰਮ ਨਹੀਂ ਕਰਦਾ ਮੈਂ ਵਾਹ ਕੀ ਬਾਤ ਹੈ ਵੈਸੇ ਜਿਹੜੇ ਲੋਕ ਛੋਟੇ ਹੁੰਦੇ ਮੰਮੀ ਛੋਟੇ ਹੁੰਦੇ ਮੰਮੀ ਕਹਿੰਦੇ ਸੀ ਕਿ ਜਦੋਂ ਬਿੱਲੀ ਰਸਤਾ ਕੱਟ ਜਾਏ ਤੇ ਆਪਾਂ ਨੂੰ ਅੱਗੇ ਨਹੀਂ ਵਧਣਾ ਚਾਹੀਦਾ ਨਾ ਯੈਸ
ਜਦੋਂ ਵੀ ਬਿੱਲੀ ਰਸਤਾ ਕੱਟਦੀ ਆ ਮੈਂ ਅੱਗੇ ਨਹੀਂ ਵਧਦਾ, ਮੈਂ ਵਹਿਮ ਭਰਮ ਨਹੀਂ ਮੰਨਦਾ, ਮੈਂ ਆਪਣੀ ਮਾਂ ਨੂੰ ਮੰਨਦਾ। ਸੋ ਸਵੀਟ ਆਫ ਯੂ ਗਗਨ, ਬਹੁਤ ਸਾਰੀਆਂ ਫੋਨ ਕਾਲਸ ਆਪਾਂ ਸੁਣੀਆਂ ਪਰ ਇਹ ਰੀਅਲੀ ਤੁਸੀਂ ਕਿ ਮੈਂ ਉਹ ਵਾਓ ਐਪਰੀਸ਼ੀਏਬਲ, ਆਈ ਲਵਡ ਇਟ, ਆਈ ਰੀਅਲੀ ਲਵਡ ਇਟ ਜੋ ਤੁਸੀਂ ਗੱਲ ਕਰੀ। ਇੱਕ ਵਹਿਮ ਹੁੰਦਾ ਸੀਗਾ ਆਪਾਂ ਸਾਰਿਆਂ ਨੇ ਸੁਣਿਆ ਹੋਊਗਾ, ਕਹਿੰਦੇ ਸੀ ਰਾਤ ਨੂੰ ਆਪਾਂ ਨੂੰ ਬੁੱਕਰ ਨਹੀਂ ਮਾਰਨੀ ਚਾਹੀਦੀ ਘਰੇ, ਹੈ ਨਾ ਜੀ। ਉਹ ਮੈਂ ਇੱਕ ਕਿਤਾਬ 'ਚ ਪੜ੍ਹਿਆ ਸੀ, ਕਿਤਾਬ ਦਾ ਨਾਂ ਹੀ ਵਹਿਮ ਭਰਮ ਸੀਗਾ। ਉਹਦੇ 'ਚ ਲਿਖਿਆ ਸੀਗਾ ਪੁਰਾਣੇ ਟਾਈਮ ਦੇ ਵਿੱਚ ਨਾ ਜਦੋਂ ਲਾਈਟ ਨਹੀਂ ਹੁੰਦੀ ਸੀ, ਉਦੋਂ ਲਾਈਟ ਨਹੀਂ ਹੁੰਦੀ ਸੀ ਨਾ ਜੀ 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 ਬਿਲਕੁਲ, ਬਿਜਲੀ ਨਹੀਂ ਸੀ ਹੁੰਦੀ, ਹਾਂਜੀ। ਤੇ ਜਦੋਂ ਸ਼ਾਮ ਨੂੰ ਜਦੋਂ ਘਰ ਦੀ ਲੇਡੀਜ਼ ਬੁੱਕਰ ਮਾਰਦੀ ਸੀ ਨਾ, ਕੋਈ ਚੀਜ਼ ਸੁੱਟੀ ਹੁੰਦੀ ਸੀਗੀ, ਕੋਈ ਕੋਈ ਪੈਸਾ ਹੋਵੇ ਕੋਈ ਚੀਜ਼, ਉਹ ਬੁੱਕਰ ਦੇ ਨਾਲ ਬਾਹਰ ਚਲੀ ਜਾਂਦੀ ਸੀਗੀ। ਓ ਅੱਛਾ, ਇਸ ਕਰਕੇ। ਤੇ ਉਦੋਂ ਦੇ ਸਿਆਣੇ ਕਹਿੰਦੇ ਸੀ ਰਾਤ ਨੂੰ ਬੁੱਕਰ ਨਾ ਮਾਰਿਆ ਕਰੋ, ਪਰ ਅੱਜ ਕੱਲ੍ਹ ਤਾਂ ਲੋਕਾਂ ਘਰੇ ਜਨਰੇਟਰ ਵੀ ਆ ਗਏ, ਇਨਵਰਟਰ ਵੀ ਆ ਗਏ, ਲਾਈਟ ਵੀ, ਅੱਜ ਕੱਲ੍ਹ ਉਹੀ ਵਹਿਮ ਚੱਲੀ ਜਾਂਦਾ, ਉਹ ਵਹਿਮ ਨਹੀਂ ਹੁੰਦਾ ਇਹ ਕੁਝ। ਇਸ ਕਿਤਾਬ ਦਾ ਜ਼ਿਕਰ ਹੋ ਸਕੇ ਤੇ ਸਾਨੂੰ ਵੀ ਨਾਮ ਜ਼ਰੂਰ ਦੱਸ ਦਿਓ, ਉਹਦੇ ਚ ਜਾਣਕਾਰੀ ਗ੍ਰੈਬ ਕਰਾਂਗੇ ਅਸੀਂ ਵੀ। ਵਹਿਮ ਭਰਮ, ਹਾਂ, ਕਿਤਾਬ ਦਾ ਨਾਮ ਵਹਿਮ ਭਰਮ ਹੈ, ਲਿਖੀ ਕਿੰਨੇ ਸੀ, ਲੇਖਕ ਦਾ ਨਾਮ ਮੈਂ ਭੁੱਲ ਗਿਆ, ਸੌਰੀ। ਕੋਈ ਗੱਲ ਨਹੀਂ, ਮੈਂ ਇੰਟਰਨੈਟ ਤੇ ਸਰਚ ਮਾਰ ਲਾਂਗੀ। ਅੱਜ ਕੱਲ ਗੂਗਲ ਬਾਬਾ ਜੀ ਨਾ, ਗੂਗਲ ਵਾਲਾ ਬਾਬਾ, ਗੂਗਲ ਬਾਬਾ ਨੂੰ ਗੂਗਲ ਬਾਬਾ ਕਹਿੰਦੀ ਆ। ਜਾਣਨਾ ਜ਼ਰੂਰੀ ਹੈ ਕਿ ਉਹ ਕਿਉਂ ਕੀਤੇ ਜਾਂਦੇ ਸੀ, ਜਦਕਿ ਅਸੀਂ ਉਹਨਾਂ ਨੂੰ ਘਸੀਟ ਕੇ ਅੱਜ ਦੇ ਯੁੱਗ ਦੇ ਵਿੱਚ ਵੀ ਆਪਣੇ ਨਾਲ ਲੈ ਕੇ ਆਏ ਹੋਏ ਆ, ਜਦਕਿ ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਰੱਖਿਆ ਕੁਛ ਨਹੀਂ ਹੈ। ਇਸ ਤੋਂ ਬਾਅਦ ਸਾਡੇ ਨਾਲ ਅਗਲੇ ਕਾਲਰ, ਹੈਲੋ 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 ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਜੀ, ਕਿੱਥੋਂ ਬੋਲ ਰਹੇ ਹੋ? ਪ੍ਰੋਗਰਾਮ ਤੋਂ ਬਾਅਦ ਹੁਣ ਮੈਂ ਗਲੋਬਲ ਪੰਜਾਬ ਟੀਵੀ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਆਪਣੇ ਪੰਜਾਬੀਆਂ ਦੇ ਰੂਬਰੂ ਹੋ ਸਕਾਂ, ਔਰ ਜਿੰਨੇ ਨਵੇਂ ਪੰਜਾਬੀ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਜਾ ਰਹੇ ਨੇ, ਮੈਂ ਉਹਨਾਂ ਦਾ ਸਾਰਿਆਂ ਦਾ ਇੱਕ ਵਾਰ ਸਾਂਝਾ ਸਵਾਗਤ ਜ਼ਰੂਰ ਕਰਦੀ ਹਾਂ। ਰੁਝਾਨ ਬੁਟੀਕ ਹੈ, ਉਹਨਾਂ ਨੇ ਡਿਜ਼ਾਈਨ ਕੀਤਾ। ਬਾਕੀ ਤੁਹਾਡੇ ਜਿਹੜਾ ਕਹਿੰਦੇ ਵਹਿਮਾਂ ਭਰਮਾਂ ਦੇ, ਮੈਂ ਕਦੀ ਵਿਸ਼ਵਾਸ ਨਹੀਂ ਕੀਤਾ ਜੀ। ਓਕੇ, ਨਹੀਂ ਕੀਤਾ, ਕਦੇ ਵੀ ਨਹੀਂ ਕੀਤਾ? ਨਾ ਜੀ, ਕਦੇ ਵੀ ਨਹੀਂ ਕੀਤੀ। ਮੇਰੇ ਮਦਰ ਫਾਦਰ ਸ਼ਾਇਦ ਕਰਦੇ ਹੁੰਦੇ ਸੀਗੇ, ਮੈਂ ਸੁਣਦਾ ਹੁੰਦਾ ਸੀ ਉਹਨੇ ਗੱਲਾਂ, ਪਰ ਮੈਂ ਕਦੇ ਨਹੀਂ ਕੀਤਾ। ਕਿਆ ਬਾਤ ਹੈ ਜੀ, ਖੈਰ ਅੱਛਾ, ਮੈਨੂੰ ਨਾ ਹੁਣੇ ਫੋਨ ਪਲੀਜ਼, ਮੈਂ ਮਾਫੀ ਮੰਗਦੀ ਹਾਂ ਕਿ ਮੈਨੂੰ ਕੱਟਣਾ ਪਏਗਾ ਕਿਉਂਕਿ ਸ਼ੋਅ ਖਤਮ ਕਰਨ ਦਾ ਟਾਈਮ ਹੋ ਰਿਹਾ ਹੈ। ਜੀ, ਸਾਡੀ ਅਕਸਰ ਜਿਹਨੇ ਵੀ ਸਾਨੂੰ ਹੁਣ ਫੋਨ ਕਾਲਸ ਆਏ ਨੇ, ਸਾਰਿਆਂ ਨੇ ਕਿਹਾ ਕਿ ਅਸੀਂ ਵਹਿਮ ਭਰਮ ਨਹੀਂ ਕਰਦੇ, ਔਰ ਇੱਕ ਦੀ ਗੱਲ ਮੈਨੂੰ ਬੜੀ ਜ਼ਿਆਦਾ ਦਿਲ ਨੂੰ ਚੰਗੀ ਲੱਗੀ ਕਿ ਮੈਂ ਵਹਿਮਾਂ ਭਰਮਾਂ 'ਚ ਨਹੀਂ ਪੈਂਦਾ, ਪਰ ਮੈਂ ਆਪਣੀ ਮਾਂ ਦੀ ਗੱਲ ਨੂੰ ਮੰਨਦਾ। ਖੈਰ, ਉਹ ਪੁਰਾਣੀਆਂ ਰੀਤੀ ਰਿਵਾਜ਼ਾਂ ਜਿਹੜੀਆਂ ਨੇ ਉਹ ਹੋਰ ਗੱਲ ਹੈ, ਪਰ ਵਹਿਮਾਂ ਭਰਮਾਂ ਦੇ ਵਿੱਚ ਪੈਣਾ ਗਲਤ ਗੱਲ ਹੈ। ਇਹ ਹੁਣ ਅੱਜ ਤੋਂ ਮੈਂ ਵੀ ਤਿਆਗ ਦਿੱਤੇ, ਤੁਸੀਂ ਵੀ ਤਿਆਗ ਦਿਓ, ਔਰ ਲੇਕਿਨ ਮੈਨੂੰ ਕਦੇ ਵੀ ਨਾ ਤਿਆਗਿਓ, ਕਿਉਂਕਿ ਮੈਂ ਤੁਹਾਡੀ ਗੁਲਾਬੋ ਤੁਹਾਡੇ ਬਗੈਰ ਨਹੀਂ ਰਹਿ ਸਕਦੀ, ਨਹੀਂ ਰਹਿ ਸਕਦੀ, ਨਹੀਂ ਰਹਿ ਸਕਦੀ, ਔਰ ਮੈਂ ਇੰਨਾ ਕੁ ਨਹੀਂ ਰਹਿ ਸਕਦੀ ਕਿ ਮੈਂ ਕੱਲ੍ਹ ਫਿਰ ਟਪੌਸੀ ਮਾਰ ਕੇ ਵਾਪਸ ਆ ਜਾਣਾ ਤੁਹਾਡੀ ਸਾਰਿਆਂ ਦੀ ਗੁਲਾਬੋ ਲੈ ਕੇ। ਤੁਹਾਡਾ ਮਨ ਪਸੰਦੀਦਾ ਪ੍ਰੋਗਰਾਮ ਨਾਮ ਹੈ ਜਿਸਦਾ ਗੱਲਾਂ ਵਿਦ ਗੁਲਾਬੋ। ਮੈਂ ਕਿਹਾ ਜੀ ਸਤਿ ਸ਼੍ਰੀ ਅਕਾਲ, ਬਾਏ ਬਾਏ।